ਸੋ ਅਸੀਂ 91 ਜਥੇਬੰਦੀਆਂ ਇਕੱਠੇ ਹੋਏ ਆਲ ਇੰਡੀਆ ਲੈਵਲ 'ਤੇ, ਜਿਹਨਾਂ ਦਾ ਦੋ ਮਾਮਲਿਆਂ 'ਤੇ ਪ੍ਰੋਗਰਾਮ ਹੈ। ਵੀ ਇੱਕ ਤਾਂ ਜਿਹੜਾ ਕਰਜ਼ ਮਾਫ਼ੀ ਹੈ ਉਹ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਦੀ ਕਰਜ਼ ਮਾਫ਼ੀ ਹੋਵੇ, ਕਿਸਾਨਾਂ ਮਜ਼ਦੂਰਾਂ ਦੀ। ਦੂਜਾ ਮਾਮਲਾ ਸਾਨੂੰ ਜਿਹੜੇ ਫਸਲਾਂ ਦੇ ਹੈ ਉਹ ਡੇਢੇ ਭਾਅ ਵਾਲੀ ਗੱਲ, ਸਵਾਮੀਨਾਥਨ ਦੇ ਮੁਤਾਬਕ ਸਾਨੂੰ ਫਸਲਾਂ ਦੇ ਰੇਟ ਮਿਲਣੇ ਚਾਹੀਦੇ ਹੈ। ਇਹਦੇ ਨਾਲ ਸਾਨੂੰ ਲਗਾਤਾਰ ਘਾਟਾ ਪੈ ਰਿਹਾ, ਜਿਹਦੇ ਨਾਲ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਲਗਾਤਾਰ। ਇਸ ਦੇ ਖਿਲਾਫ਼ ਅਸੀਂ ਅੱਜ ਦੀ ਰੈਲੀ ਕਰ ਰਹੇ ਹਾਂ। ਕੱਲ੍ਹ ਅਸੀਂ ਭਵਾਨੀਗੜ੍ਹ ਕੀਤੀ ਸੀ, ਅੱਜ ਮੋਗੇ ਹੈ ਅਤੇ ਕੱਲ੍ਹ ਨੂੰ ਜਲੰਧਰ ਹੈ। ਜਲੰਧਰ ਬੀ ਐਮ ਸਿੰਘ ਆ ਰਹੇ ਆ, ਆਪ ਜਿਹੜੇ ਸਾਡੇ ਆਲ ਇੰਡੀਆ ਦੇ ਕਨਵੀਨਰ ਹੈ। ਹਰਿੰਦਰਪਾਲ ਸਿੰਘ ਜੀ, ਜੇ ਗੱਲ ਕੀਤੀ ਜਾਵੇ ਕਿਸਾਨੀ ਕਰਜ਼ੇ ਮਾਫ਼ੀ ਦੀ, ਪੰਜਾਬ ਸਰਕਾਰ ਕਹਿੰਦੀ ਹੈਗੀ ਹੈ ਵੀ ਅਸੀਂ ਕਰਜ਼ਾ ਮਾਫ਼ ਕਰ ਰਹੇ ਹਾਂ, ਇੱਕ ਕਿਸ਼ਤ ਉਹਨਾਂ ਨੇ ਮਾਫ਼ ਵੀ ਕੀਤੀ ਹੈ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਜਿਹੜੀ ਉਹ ਕਹਿੰਦੇ ਅਸੀਂ ਇੱਕ ਕਿਸ਼ਤ ਮਾਫ਼ ਕੀਤੀ, ਅਜੇ ਤੱਕ ਕਿਸੇ ਵੀ ਪੰਜਾਬ ਦੇ ਕਿਸਾਨ ਨੂੰ ਕਰਜ਼ ਮਾਫ਼ੀ ਨਹੀਂ ਹੋਈ ਹੈ, ਉਹ ਕੋਈ ਕਰਜ਼ਾ ਨਹੀਂ ਮਿਲਿਆ ਅਜੇ ਤੱਕ। ਉਹ ਕਹਿਣ ਦੀ ਗੱਲ ਹੈ ਅਜੇ ਕੋਈ ਹੋਰ ਕੋਈ ਕਿਸ਼ਤ ਜਾਰੀ ਕਰਨ ਦੀ, ਸਗੋਂ ਇਹਦੇ ਨਾਲ ਹੀ ਜਿਹੜੇ ਬਿਜਲੀ ਦੇ ਬਿੱਲ ਹੈ ਉਹ ਲਾਉਣ ਦੀ ਤਿਆਰੀ ਕਰ ਲਈ ਹੈ। ਅਤੇ ਪੰਜਾਬ ਦਾ ਕਿਸਾਨ ਜਿਹੜਾ ਪਹਿਲਾਂ ਹੀ ਦੁਖੀ ਹਾਲਤ 'ਚ ਹੈ, ਅਸੀਂ ਕਿਸਾਨ ਜਥੇਬੰਦੀਆਂ ਤੋਂ ਇਹ ਠੋਕ ਜਾ ਕੇ ਕਹਿੰਦੇ ਹਾਂ ਕਿ ਪੰਜਾਬ 'ਚ ਜਿਹੜਾ ਬਿੱਲ ਲੱਗਣ ਵਾਲੀ ਗੱਲ ਹੈ ਮੋਟਰਾਂ 'ਤੇ, ਉਹ ਨਹੀਂ ਲੱਗਣ ਦਿੱਤੇ ਜਾਣ। ਸਰਕਾਰ ਬਣੀ ਨੂੰ ਇੱਕ ਸਾਲ ਹੋ ਗਿਆ, ਸਰਕਾਰ ਨੇ ਕਿਹਾ ਵੀ ਬਹੁਤ ਜ਼ਿਆਦਾ ਕੰਮ ਕੀਤੇ ਹੈਗੇ ਆ, ਜਿਹਦੇ 'ਚ ਸਭ ਤੋਂ ਜ਼ਿਆਦਾ ਕੰਮ ਕਿਸਾਨੀ ਵੱਲ ਕੀਤਾ, ਕਿਸਾਨਾਂ ਨੂੰ ਮੰਡੀਆਂ 'ਚ ਨਹੀਂ ਰੋਲਣਾ ਪਿਆ, ਤੁਸੀਂ ਕੀ ਕਹੋਗੇ? ਦੇਖੋ, ਜਿਹੜੀ ਇਹ ਗੱਲ ਹੈ ਇਹ ਡਬਲ ਡਿਊਟੀ, ਉਹਦੇ ਤਹਿਤ ਸਾਡੀ ਜਿਹੜੀ ਕਣਕ ਦੀ ਖਰੀਦ ਹੈ ਉਹਨੂੰ ਵੀ ਤੋੜਨ ਦੀ ਤਿਆਰੀ ਹੋ ਰਹੀ ਹੈ। ਜਿਹੜੀ ਸਾਡੀ ਕਣਕ ਦੀ ਖਰੀਦ ਹੋਣੀ ਹੈ ਉਹਨੂੰ ਤੋੜਨ ਦੀ ਤਿਆਰੀ ਹੋ ਰਹੀ ਹੈ। ਇਸ ਦੇ ਖਿਲਾਫ਼ ਸਾਨੂੰ ਲੰਮਾ ਸੰਘਰਸ਼ ਕਰਨਾ ਪੈਣਾ। ਅਸੀਂ ਸਮਝਦੇ ਵੀ ਇੱਕ ਸਾਲ ਦੇ ਅੰਦਰ ਜਿਹੜੀ ਪੰਜਾਬ ਦੀ ਗਵਰਨਮੈਂਟ ਹੈ ਉਹਨੇ ਕਿਸਾਨਾਂ ਦਾ ਕੁਝ ਵੀ ਨਹੀਂ ਕੀਤਾ, ਕੋਈ ਕੰਮ ਨਹੀਂ ਕੀਤਾ ਹੈ। ਜਿਹੜੇ ਵਾਅਦੇ ਕੀਤੇ ਸੀ ਵੀ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਵਾਂਗੇ, ਜਿਹੜਾ ਇਹਨਾਂ ਨੇ ਕਿਹਾ ਸੀਗਾ ਅਸੀਂ ਫਸਲਾਂ ਦੇ ਭਾਅ ਡੇਢੇ ਦੇਵਾਂਗੇ, ਜਿਹੜਾ ਇਹਨਾਂ ਨੇ ਕਿਹਾ ਸੀ ਅਸੀਂ ਬਿਜਲੀ ਦੇ ਬਿੱਲ ਨਹੀਂ ਲਾਵਾਂਗੇ, ਸਗੋਂ ਬਿਜਲੀ ਦੇ ਬਿੱਲ ਲਾਉਣ ਦੀ ਤਿਆਰੀ ਕੀਤੀ। ਮਨਜੀਤ ਸਿੰਘ ਧਨੇਰ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਸੂਬਾ ਸੀਨੀਅਰ ਮੀਤ ਪ੍ਰਧਾਨ। ਪ੍ਰਧਾਨ ਜੀ, ਅੱਜ ਇੱਕ ਮੋਗੇ ਦੇ ਵਿੱਚ ਰੈਲੀ ਕੀਤੀ ਜਾ ਰਹੀ ਹੈਗੀ ਆ, ਕਿੰਨੇ ਜੱਥਿਆਂ ਬੰਦਿਆਂ ਵੱਲੋਂ ਹੋ ਰਹੀ ਹੈ, ਕੀ ਮੰਗਾਂ ਲੈ ਕੇ ਕੀਤੀ? ਅੱਜ ਦੀ ਜਿਹੜੀ ਇਹ ਰੈਲੀ ਆ ਜੀ, ਇਹ ਹਿੰਦੁਸਤਾਨ ਪੱਧਰ 'ਤੇ ਜਿਹੜੀਆਂ 191 ਤੋਂ ਵੀ ਜ਼ਿਆਦਾ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਕਿਸਾਨੀ ਸੰਕਟ ਨੂੰ ਹੱਲ ਕਰਨ ਦੇ ਲਈ। ਮੁੱਖ ਮੰਗਾਂ 'ਚ ਅੱਜ ਦੀ ਹਾਲਤ ਅਜੇ ਦੋ ਹੀ ਨੇ, ਇੱਕ ਤਾਂ ਕਿਸਾਨਾਂ ਦੇ ਕਰਜ਼ੇ 'ਤੇ ਲਿਖੀ ਫੇਰਨੀ ਕਿਸਾਨਾਂ ਮਜ਼ਦੂਰਾਂ ਦੇ, ਦੂਜੀ ਹੈ ਮਤਲਬ ਜਿਹੜੀ ਸਵਾਮੀਨਾਥਨ ਦੀ ਰਿਪੋਰਟ, ਖਰਚੇ ਫਸਲ 'ਤੇ ਜਿੰਨਾ ਖਰਚਾ ਆਉਂਦਾ ਉਦੋਂ ਡੇਢਾ ਭਾਅ ਦੇਣ ਦੀ ਜਿਹੜੀ ਸਵਾਮੀਨਾਥਨ ਮੰਨਿਆ ਹੋਇਆ, ਉਸ ਰਿਪੋਰਟ ਨੂੰ ਲਾਗੂ ਕਰਾਉਣ ਦੀ ਮੰਗ ਨੂੰ ਲੈ ਕੇ ਅੱਜ ਮੋਗਾ ਦੀ ਦਾਣਾ ਮੰਡੀ ਦੇ ਵਿੱਚ ਸਾਂਝਾ ਜਿਹੜਾ ਕਿਸਾਨ ਮੰਚ ਬਣਿਆ, ਉਸ ਦੇ ਰਹਿਨਮਾਈ ਦੇ ਹੇਠ ਪੰਜਾਬ ਦੀਆਂ 9 ਕਿਸਾਨ ਜਥੇਬੰਦੀਆਂ ਦਾ ਸਾਂਝਾ ਇਹ 191 ਦੇ ਅਧੀਨ ਜਿਹੜੀਆਂ ਕੰਮ ਕਰਦੀਆਂ ਪੰਜਾਬ ਦੇ ਵਿੱਚ, ਉਹਨਾਂ ਵੱਲੋਂ ਅੱਜ ਮੋਗੇ ਦੇ ਵਿੱਚ ਹੈ, ਕੱਲ੍ਹ ਭਵਾਨੀਗੜ੍ਹ ਦੇ ਵਿੱਚ ਸੀ ਅਤੇ 8 ਤਰੀਕ ਨੂੰ ਜਲੰਧਰ ਦੇ ਵਿੱਚ ਇਹ ਵੱਡੇ ਇਕੱਠ ਹੋ ਰਹੇ ਨੇ। ਅਸੀਂ ਇਹ ਸਮਝਦੇ ਹਾਂ ਵੀ ਅੱਜ ਕਿਸਾਨੀ ਦੀ ਜਿਹੜੀ ਮੰਦੀ ਹਾਲਤ ਕੀਤੀ ਜਾ ਰਹੀ ਆ, ਕਈ ਲੋਕਾਂ ਨੂੰ ਲੱਗਦਾ ਵੀ ਹੁੰਦੀ ਆ, ਹੁੰਦੀ ਨਹੀਂ, ਅਸਲ 'ਚ ਪੂਰੀ ਸਕੀਮ ਦੇ ਤਹਿਤ ਵਿਦੇਸ਼ੀ ਕੰਪਨੀਆਂ ਨੂੰ ਕਿਵੇਂ ਖੇਤੀ ਸੰਭਾਲਣੀ ਹੈ ਇੱਥੇ ਦੀ, ਵਿਦੇਸ਼ੀ ਮਤਲਬ ਜਿਹੜੀ ਮੰਡੀ ਇੱਥੇ ਕਿਵੇਂ ਖੋਲ੍ਹਣੀ ਹੈ, ਉਹਦੇ ਤਹਿਤ ਉਸ ਸਕੀਮ ਦੇ ਤਹਿਤ ਇੱਥੋਂ ਹਿੰਦੁਸਤਾਨ ਦੀ ਖੇਤੀ ਨੂੰ ਬਰਬਾਦ ਕਰਨਾ ਚਾਹੁੰਦੀ ਹੈ ਇੱਥੋਂ ਦੀ ਸਰਕਾਰ। ਇਹ ਉਹਨਾਂ ਦੀ ਦਲਾਲੀ ਲੈ ਕੇ ਕਿਸਾਨਾਂ ਨੂੰ ਖੇਤਾਂ ਦੇ ਵਿੱਚੋਂ ਬਾਹਰ ਕਰਨਾ ਚਾਹੁੰਦੀ ਹੈ। ਕਿਸਾਨੀ, ਅਸੀਂ ਇਹ ਨਹੀਂ ਕਹਿੰਦੇ ਵੀ ਕਿਸਾਨੀ ਕੋਈ ਉਹੀ ਹੁੰਦੀ ਹੈ ਜਿਹੜੀ ਖੇਤਾਂ 'ਚ ਕੰਮ ਕਰਦੇ ਆ, ਹਿੰਦੁਸਤਾਨ ਜਿਹੜਾ ਖੇਤੀ ਪ੍ਰਧਾਨ ਦੇਸ਼ ਹੈ, 65% ਆਬਾਦੀ ਹਿੰਦੁਸਤਾਨ ਦੀ ਹੈ ਜਿਹੜੀ ਉਹ ਖੇਤੀ ਨਾਲ ਜੁੜੀ ਹੋਈ ਹੈ, ਛੋਟੇ ਧੰਦੇ ਆ ਜਿਹੜੇ ਉਹ ਵੀ ਬਰਬਾਦ ਹੋਣਗੇ ਜੇ ਖੇਤੀ ਬਰਬਾਦ ਹੁੰਦੀ ਹੈ। ਅੱਜ ਤੱਕ ਜਿਹੜੀਆਂ ਹਿੰਦੁਸਤਾਨ ਦੀ ਸਰਕਾਰ ਬਣਦੀ ਰਹੀ ਹੈ ਕਿਸੇ ਨੇ ਵੀ ਕਿਸਾਨੀ ਦੀ ਬਾਂਹ ਨਹੀਂ ਫੜੀ, ਅਤੇ ਆਹ ਜਿਹੜਾ ਸਮਾਂ ਕਿਸਾਨੀ ਵਾਸਤੇ ਬਹੁਤ ਹੀ ਜਿਹੜਾ ਨਾਜ਼ੁਕ ਸਮਾਂ ਹੈ, ਅੱਜ ਵੱਡੇ ਸੰਘਰਸ਼ਾਂ ਦੀ ਲੋੜ ਹੈ। ਉਹਨਾਂ ਸੰਘਰਸ਼ਾਂ ਨੂੰ ਪੈਦਾ ਕਰਨ ਦੇ ਲਈ ਅੱਜ ਜੇ ਹਿੰਦੁਸਤਾਨ ਪੱਧਰ 'ਤੇ 191 ਕਿਸਾਨ ਜਥੇਬੰਦੀਆਂ ਜੁੜੀਆਂ ਤਾਂ ਇਹ ਸੁਭ ਸਕਣ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰਾਂ ਤੋਂ ਅਸੀਂ ਕੁਛ ਲੈਣਾ ਤਾਂ ਇਕੱਠੇ ਹੋ ਕੇ ਲੈ ਸਕਦੇ ਹਾਂ ਸੰਘਰਸ਼ਾਂ ਰਾਹੀਂ, ਨਹੀਂ ਤਾਂ ਫਿਰ ਜਿਵੇਂ ਫਰਮਾਨ ਜਾਰੀ ਹੁੰਦੇ ਆ, ਜੇ ਡੀਸੀਆਂ ਦੇ ਧਰਨਾ ਲਾਉਣਾ ਫਿਰ ਵੀ ਸਾਨੂੰ ਪੁੱਛੋ, ਜੇ ਕੋਈ ਹੋਰ ਪ੍ਰੋਟੈਸਟ ਕਰਨਾ ਸਾਨੂੰ ਪੁੱਛੋ। ਸਰਕਾਰਾਂ ਕਦੋਂ ਕਹਿਣਗੀਆਂ ਅਸੀਂ ਸਰਕਾਰਾਂ ਦੇ ਖਿਲਾਫ਼ ਲੜਨਾ, ਤਾਂ ਸਰਕਾਰਾਂ ਕਦੋਂ ਕਹਿਣਗੀਆਂ ਤੁਸੀਂ ਮੈਦਾਨ 'ਚ ਜਾ ਕੇ ਸਾਡੇ ਨਾਲ ਲੜੋ, ਸਾਨੂੰ ਦਾਣਾ ਮੰਡੀਆਂ ਅਲਾਟ ਕਰਤੀਆਂ ਵੀ ਉੱਥੇ ਆਪਦਾ ਗੁੱਸਾ ਕੱਢ ਜਾ ਕਰੋ। ਇਹੋ ਜਿਹੀਆਂ ਹਾਲਤਾਂ ਦੇ ਵਿੱਚ ਸੰਘਰਸ਼ਾਂ ਤੋਂ ਬਿਨਾਂ ਕਿਸਾਨੀ ਦਾ ਕੋਈ ਚਾਰਾ ਨਹੀਂ ਹੈ, ਅਤੇ ਅਸੀਂ
इहनू शुभ शगन मानते हैं जिहड़ियां हिंदुस्तान दियां किसान जथेबंदियां कट्ठियां होईयां ते इहनां च होर वाधा करके संघर्षां नूं होर असी खाड़कू संघर्ष जिहड़े आ हिंदुस्तान की धरती ते किसानां दी मजदूरां दी ते होर मेहनती लोक जिहड़े इहदे नाल जुड़े हुए आ उहनां दी मुक्ति दा इही राह है।